ਸ਼ਮਾਂਦਾਨ ਰੇਡੀਓ ਪੰਜਾਬ ਟੂਡੇ ਦੇ ਪ੍ਰੋਗਰਾਮ ਸ਼ਮਾਂਦਾਨ ਦੇ ਵਿੱਚ ਤੁਹਾਡਾ ਮੁਰਤੋਂ ਸਵਾਗਤ ਹੈ ਜੀ ਪ੍ਰੋਗਰਾਮ ਨੂੰ ਅੱਗੇ ਲੈ ਕੇ ਚੱਲੀਏ ਇਸ ਤੋਂ ਪਹਿਲਾਂ ਇੱਕ ਸੁਨੇਹਾ ਤੁਹਾਨੂੰ ਦੇ ਦਈਏ ਜੀ ਵਾਸ਼ਿੰਗਟਨ ਫਰੇਟ ਸਰਵਿਸ ਜਿਹੜੀ ਸੈਟਲ ਏਰੀਆ ਦੇ ਵਿੱਚ ਓਨਰ ਆਪਰੇਟਰ ਤੇ ਡਰਾਈਵਰ ਹਾਇਰ ਕਰੀ ਆ ਲੋਕਲ ਜੌਬ ਦਿੰਦੀ ਆ ਪੰਜਾਬੀ ਤੇ ਇੰਗਲਿਸ਼ ਚ ਤੁਹਾਡੀ ਸਹੂਲਤ ਲਈ ਡਿਸਪੈਚ ਕਰਦੀ ਆ ਗੁਰਵਿੰਦਰ ਸਿੰਘ ਢਾਲੀਵਾਲ ਹੋਰਾਂ ਨਾਲ 2063544060 ਤੇ ਤੇ ਜਗਦੇਵ ਸਿੰਘ ਸੰਧੂ ਹੋਰਾਂ ਨਾਲ 2532666924 ਤੇ ਕਾਲ ਕਰ ਸਕਦੇ ਹੋ ਇੱਕ ਸੁਨੇਹਾ ਰਿੰਗਟਨ ਫਿਊਲ ਸਟਾਪ ਦਾ ਤੇ ਫਿਰ ਅੱਗੇ ਚੱਲਦੇ ਆਂ ਓਏ ਮੇਰੇ ਵੀਰ ਮੈਨੂੰ ਫਸ ਇੱਕ ਗੱਲ ਦੱਸ ਤਾ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ ਇਹਦਾ ਰਾਜ਼ ਕੀ ਹੈ

661 797 2354 ਬੇਕਸਵਿਲ ਏਰੀਏ ਦੇ ਵਿੱਚ ਬਿਜਲੀ ਦੇ ਭਾਰੀ ਬਿੱਲਾਂ ਤੋਂ ਨਜਾਤ ਪਾਉਣ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਜਤਿੰਦਰ ਸਿੰਘ ਤੂਰ ਹੋਰਾਂ ਨਾਲ 661 754 1722 ਤੇ ਟਿਲੋ ਸਾਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਟਿਲੋ ਸਾਬ ਗੱਲ ਕਰੀਏ ਤਾਂ ਅੱਜ ਤਕੈਤ ਸਾਹਿਬ ਦੇ ਤੀਵਰ ਕਾਫੀ ਗਰਮ ਨਜ਼ਰ ਆਏ ਉਥੇ ਜੀਂਦਵੀ ਕਿਉਂਕਿ ਜੀਂਦ ਦੇ ਵਿੱਚ ਮੰਨਿਆ ਜਾਂਦਾ ਕਿ ਜੀਂਦ ਜਿਹੜਾ ਹਰਿਆਣੇ ਦੀ ਸਿਆਸਤ ਦਾ ਜਿਹਨੂੰ ਆਪਾਂ ਕਹਿੰਦੇ ਖੜਕਪੁੱਜਾ ਤੁਰਾ ਹੁਣ ਸਾ ਇੱਕੋ ਹੀ ਸ਼ਰਤ ਉੱਠ ਰਹੀ ਹੈ ਕਿ ਗ੍ਰਿਫਤਾਰ ਕੀਤੇ ਗਏ ਜਿਹੜੇ ਕਿਸਾਨ ਨੇ ਉਹਨਾਂ ਦੀ ਬਿਨਾ ਸ਼ਰਤ ਰਿਹਾਈ ਕੀਤੀ ਜਾਵੇ ਫਿਰ ਕਹਿੰਦੇ ਅੱਗੇ ਗੱਲਬਾਤ ਤੁਰਾਂਗੇ ਬਿਲਕੁਲ ਇਹ ਸਾਂਝੇ ਕਿਸਾਨ ਸੰਘਰਸ਼ ਮੋਰਚੇ ਦੀ ਵੀ ਮੰਗ ਹੈ ਜੀ ਕੱਲ ਜਿਹੜਾ ਉਹਨਾਂ ਨੇ ਇੱਕ ਬਿਆਨ ਜਾਰੀ ਕੀਤਾ ਹੈ ਕੁਦਰਤੀ ਹੈ ਕਿ ਬਿਆਨ ਜਾਰੀ ਕਰਨ ਤੋਂ ਪਹਿਲਾਂ ਉਹਨਾਂ ਨੇ ਆਪਸੀ ਮੀਟਿੰਗ ਕੀਤੀ ਹੋਣੀ ਜੀ ਔਰ ਮੀਟਿੰਗ ਦੇ ਵਿੱਚ ਹਾਲਾਤ ਦਾ ਜਾਇਜ਼ਾ ਲਿਆ ਹੈ ਹਮ ਹਮ ਤੇ ਹਾਲਾਤ ਦਾ ਜਾਇਜ਼ਾ ਲੈਣ ਤੋਂ ਬਾਅਦ ਹੀ ਉਹਨਾਂ ਦਾ ਇਹ ਬਿਆਨ ਆਇਆ ਹਮ ਇਹਦੇ ਕਾਰਨ ਕੀ ਜੀ ਇੰਟਰਨੈਟ ਪੂਰੀ ਤਰ੍ਹਾਂ ਬੰਦ ਕੀਤਾ ਹੋਇਆ ਹੈ ਜੀ ਔਰ ਇਹਦਾ ਨੁਕਸਾਨ ਹੈ ਜਿਹੜਾ ਹਮ ਉਹ ਕਿਸਾਨ ਮੋਰਚੇ ਨੂੰ ਇਸ ਲਈ ਚਲਣਾ ਪੈ ਰਿਹਾ ਜੀ ਕਿਉਂਕਿ ਕਿਸਾਨ ਮੋਰਚੇ ਦੇ ਖਿਲਾਫ ਗੋਦੀ মিডিਆ ਵੱਲੋਂ ਤਾਂ ਪ੍ਰਚਾਰ ਪ੍ਰਸਾਰ ਕੀਤਾ ਜਾ ਰਿਹਾ ਜੀ ਲੇਕਿਨ ਕਿਸਾਨਾਂ ਦਾ ਪੱਖ ਹੈ ਜਿਹੜਾ ਉਹ ਕੋਈ ਲੋਕਾਂ ਦੇ ਸਾਹਮਣੇ ਨਹੀਂ ਆ ਰਿਹਾ ਪਹਿਲਾਂ ਜਿਹੜਾ ਕਿਸਾਨਾਂ ਦਾ ਪੱਖ ਹੈ ਲੋਕਾਂ ਦੇ ਸਾਹਮਣੇ ਉਹ ਸੋਸ਼ਲ ਮੀਡੀਆ ਰਾਹੀਂ ਆ ਰਿਹਾ ਸੀ ਪਰ ਉਹ ਵੀ ਧੀਰੇ ਲੋਗ ਹੈ ਚਲੋ ਹੂੰ ਬਹੁਤ ਜ਼ਿਆਦਾ ਉਹ ਡੀਲੇ ਕੁਝ ਹੋ ਗਿਆ ਪਰ ਫਿਰ ਵੀ ਕੁਝ ਤਖੜਿਆ ਆ ਰਿਹਾ ਹਾਂਜੀ ਜਿਹੜਾ ਉਹਨਾਂ ਦਾ ਆਪਣਾ ਨੈਟਵਰਕ ਹੈ ਉਹ ਕਰ ਰਿਹਾ ਜਿਹੜਾ ਉਹਨਾਂ ਦਾ ਅਧਿਕਾਰਤ ਨੈਟਵਰਕ ਹੈ ਅਧਿਕਾਰਤ ਨੈਟਵਰਕ ਤੇ ਤਾਂ ਸਹੀ ਇਨਫਰਮੇਸ਼ਨ ਪਾਈ ਜਾ ਰਹੀ ਸੀ ਹੂੰ ਹੂੰ ਲੇਕਿਨ ਅਧਿਕਾਰਤ ਨੈਟਵਰਕ ਵੀ ਕਿਵੇਂ ਚੱਲੂਗਾ ਜਦੋਂ ਉੱਥੇ ਆਲੇ ਦੁਆਲੇ ਦੇ ਵਿੱਚ ਇਹਨਾਂ ਨੇ ਇੰਟਰਨੈਟ ਹੀ ਬੰਦ ਕਰ ਦਿੱਤਾ ਜੀ ਦੂਸਰੀ ਉਹਦੇ ਨਾਲ ਜਿਹੜੀ ਇਹਨਾਂ ਨੇ ਇੱਕ ਹੋਰ ਜਲਤੀ ਕੀਤੀ ਹੈ ਹੂੰ ਹੂੰ ਉਹ ਕਿਸਾਨਾਂ ਨੂੰ ਰੋਕਣ ਲਈ ਦਿੱਲੀ ਦੇ ਆਲੇ ਦੋਲੇ ਜਿਹੜੀ ਹੈ ਜਿੱਥੇ ਮੋਰਚੇ ਲੱਗੇ ਹੈ ਹੂੰ ਹੂੰ ਉੱਥੇ ਇੱਕ ਕੰਡਿਆਲੀ ਕੰਦ ਕੱਢਦੀ ਹੈ ਜੀ ਇੱਕ ਕੰਡਿਆਲੀ ਕੰਦ ਆਮ ਤੌਰ ਤੇ ਤੁਸੀਂ ਦੇਖਦੇ ਤਾਂ ਸਰਹੱਦਾਂ ਤੇ ਕੱਢੀ ਹੁੰਦੀ ਹੈ ਹੂੰ ਹੂੰ ਸਰਹੱਦਾਂ ਪਰ ਹੁੰਦੀ ਹੈ ਜਿਹੜੀ ਚੀਜ਼ ਸਰਹੱਦ ਦੇ ਉੱਪਰ ਹੁੰਦੀ ਹੈ ਤੇ ਉਹ ਦੁਸ਼ਮਣ ਨੂੰ ਰੋਕਣ ਵਾਸਤੇ ਹੁੰਦੀ ਹੈ ਜੀ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਵੀ ਚਾਹੇ ਟਿਕਰੀ ਬਾੜਾ ਚਾਹੇ ਸਿੰਘੂ ਪਰ ਬਾੜਾ ਤੇ ਚਾਹੇ ਗਾਜੀਪੁਰ ਬਾੜਾ ਜੀ ਕੀ ਉੱਥੇ ਦੇਸ਼ ਤੇ ਦੁਸ਼ਮਣ ਬੈਠੇ ਹੂੰ ਕੀ ਉੱਥੇ ਪਾਕਿਸਤਾਨ ਦੀ ਫੌਜ ਆ ਗਈ ਜੀ ਜਾਂ ਚ ਇਹਨਾਂ ਦੀ ਫੌਜ ਆ ਗਈ ਜਾ ਚਾਇਨਾ ਦੀ ਫੌਜ ਤਾਂ ਤੁਹਾਡੇ ਅੰਦਰ ਆ ਕੇ ਅਰੁਣਾਚਲ ਪ੍ਰਦੇਸ਼ ਦੇ ਵਿੱਚ ਇੱਕ ਪਿੰਡ ਵੀ ਪਿੰਡ ਵਸਾ ਗਈ ਹਾਂਜੀ ਅੱਜ ਤੱਕ ਅਸੀਂ ਚਾਇਨਾ ਦਾ ਨਾਂ ਨਹੀਂ ਲੈਂਦੀ ਹੂੰ ਹੂੰ ਅਸੀਂ ਇੱਕ ਗੋਡੀ ਦੇ ਗੋਡੀ ਦੇ ਸ਼ਕਰੀਏ ਨੇ ਜੀ ਤੇ ਫਿਰ ਕਿਸਾਨਾਂ ਦੇ ਖਿਲਾਫ ਜਿਹੜਾ ਇਸ ਕਿਸਮ ਦਾ ਇਹ ਇੱਕ ਧੱਕਾ ਹੈ ਜੀ ਇਹ ਤਾਂ ਨਿਸ਼ਚੈ ਉਹਨਾਂ ਨੂੰ ਬਦਨਾਮ ਕਰਨ ਦਾ ਸਾਜ਼ੀ ਹਾਂ ਬਿਲਕੁਲ ਕਿਉਂਕਿ ਭਾਵੇਂ ਦਾਨੀਲ ਗਿੱਸਾ ਵੀ ਦੇਖੋ ਜਿਹੜੀ ਸਥਾਨਕ ਬਸੋਂ ਹੈ ਜੀ ਸਥਾਨਕ ਬਸੋਂ ਦਾ ਬਹੁਤ ਮੇਲ ਮਲਾਪ ਹੈ ਜੀ ਪਿਛਲੇ ਦਿਨਾਂ ਦੇ ਵਿੱਚ ਆਰਐਸਐਸ ਤੇ ਕੁਝ ਵਰਕਰ ਆਏ ਹਾਂਜੀ ਭਾਰਤੀ ਜਨਤਾ ਪਾਰਟੀ ਦੇ ਵਰਕਰ ਆਏ ਉਹਨਾਂ ਨੇ ਆਪਣੇ ਆਪ ਨੂੰ ਇੱਕ ਐਕਐਕੀਸੀ ਸਥਾਨਕ ਲੋਕ ਆ ਜੀ ਪਹਿਲਾਂ ਆਪਾਂ ਗੱਲ ਕਰ ਚੁੱਕੇ ਹਾਂ ਕਿ 2000 4000 ਉੱਥੇ ਬੰਦਾ ਲਾਇਆ ਪੁਲਿਸ ਦਾ ਹੂੰ ਹੂੰ 2000 ਉਹਨਾਂ ਨੂੰ ਬੈਕਿੰਗ ਦੇ ਰਿਆ ਸੀਗਾ ਜੀ ਉਹਨਾਂ ਨੂੰ ਬੈਕ ਕੋ ਮਦਦ ਦੇ ਰਿਆ ਸੀ ਬਿਲਕੁਲ ਔਰ ਫਿਰ ਉਹ ਕਿਸਾਨਾਂ ਦੇ ਉੱਤੇ ਹਮਲੇ ਕਰਨ ਵਾਸਤੇ ਆਏ ਇਹਦੇ باوجود ਵੀ ਲੋਕਲ ਬੰਦੇ ਨੇ ਕਿਹਾ ਸੀ ਕਿ ਇਹ ਬਾਹਰਲੇ ਬੰਦੇ ਆ ਅਸੀਂ ਨਹੀਂ ਹਾਂ ਅਸੀਂ ਲੋਕਲ ਬੰਦੇ ਇਹਨਾਂ ਦੇ ਨਾਲ ਇਹਨਾਂ ਦੀ ਮਦਦ ਕਰਦੇ ਹਾਂ ਜੀ ਪਰ ਉਹ ਕਿੰਨੀ ਕੀ ਦਰ ਕਰ ਗਏ ਹੂੰ ਹੂੰ ਕਾਰੋਬਾਰ ਉਹਨਾਂ ਦਾ ਬੰਦ ਹੋ ਗਿਆ ਉਹਨਾਂ ਦਾ ਬੰਦ ਹੋ ਗਿਆ ਜੇ ਉਹਨਾਂ ਦਾ ਕੋਈ ਬਾਲ ਬੱਚਾ ਬਿਮਾਰ ਹੋ ਜੇ ਉਹਨਾਂ ਨੇ ਬਾਜ਼ਾਰ ਲੈ ਕੇ ਜਾਣਾ ਕਿਸ ਕਿਸ ਰਸਤੇ ਲੈ ਕੇ ਜਾਣਗੇ ਮੈਂ ਕਹਾਂ ਜੀ ਹਾਲਾਤ ਇੰਨੇ ਭੜੇ ਹੋਗੇ ਕਿ 3 ਮਿੰਟ ਦਾ ਰਸਤਾ ਕੱਲ ਪ੍ਰੋਫੈਸਰ 우ਨਾਲ ਸਿੰਘ ਜੀ ਦੱਸ ਰਹੇ ਸੀ ਪੌਣੇ ਘੰਟੇ ਚ ਉਹਨਾਂ ਨੇ ਅੱਧੇ ਪੌਣੇ ਘੰਟੇ ਟਰੈਵਲ ਕੀਤਾ ਦੱਸੋ ਹਾਂ ਹਾਂ ਉਹ ਕਰਤਾ ਨਾਲ ਅਗਲੀ ਗੱਲ ਇਹ ਕਰ ਦਿੱਤੀ ਕਿ ਉੱਥੇ ਜੋ ਕੁਝ ਹੋ ਰਿਹਾ ਹੈ ਇਹ ਮਾਮਲਾ ਮੀਡੀਆ ਦੇ ਸਾਹਮਣੇ ਨਾ ਆਵੇ ਲੋਕਾਂ ਦੇ ਸਾਹਮਣੇ ਨਾ ਆਵੇ ਇਹਦੇ ਲਈ ਉਹਨਾਂ ਨੇ ਕੀ ਕੀਤਾ ਹਾਂਜੀ ਇਹਦੇ ਲਈ ਉਹਨੇ ਐਨ ਪੱਕੇ ਤੋਂ ਉੱਤੇ ਜਿਹੜਾ ਹੈਗਾ মিডিਆ ਦੇ ਆਉਣ ਵਾਸਤੇ ਵੀ ਉੱਥੇ ਰੋਕਾਂ ਦੀ ਪਾਬੰਦੀ ਲਾਤੀ ਪਾਬੰਦੀ ਪਾਬੰਦੀ ਉਹ ਮੰਨੀ ਲਈ ਆਜੋ ਪਰ ਗੱਡੀਆਂ ਪਿਛਾਂ ਖੜਗੀਆਂ ਕਰਕੇ ਆਓ 6 6 7 700 ਕਿਲੋ ਕਿਲੋ 6 7 ਕਿਲੋਮੀਟਰ ਹਨ ਜੀ 6 7 ਕਿਲੋਮੀਟਰ ਉਹਨਾਂ ਨੂੰ ਤੁਰਨਾ ਪੈਦਾ ਹੈ ਹਮਮ ਔਰ ਖਬਰਾਂ ਇਹ ਆ ਰਹੀਆਂ ਕਿ ਕੋਈ ਗੰਦਾ ਨਾਲਾ ਹੈ ਉੱਥੋਂ ਦੀ ਹੈਗਾ ਜੀ ਹੈਗਾ ਉਹ ਗੰਦੇ ਨਾਲੇ ਨਾਲ 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 ਉਹ ਗੰਦੇ ਨਾਲੇ ਦੇ ਨਾਲ ਨਾਲ ਆਉਣਾ ਪੈਣਾ ਹੈ ਹਾਂ ਹਾਂ ਔਰ ਗੰਦੇ ਨਾਲੇ ਤੋਂ ਕਿੰਨੀ ਕਿਸਮ ਦੀਆਂ ਬਿਮਾਰੀਆਂ ਲੱਗ ਸਕਦੀਆਂ ਜੀ ਇਹ 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 ਦਾ ਕਰਕੇ ਜਿਹੜੇ ਕਿ ਕਿਸਾਨ ਬੜੇ ਪਛੇਮਾਨ ਹੈ ਪਰੇਸ਼ਾਨ ਹੈ ਕਿ ਸਰਕਾਰ ਲੰਗਰ ਪਾਣੀ ਬੰਦ ਕਰਤਾ ਜੀ ਰਾਸ਼ਨ ਨਹੀਂ ਆਉਣ ਦਿੱਤਾ ਜਾ ਰਿਹਾ ਉਹਨਾਂ ਨੂੰ ਘੇਰਾਬੰਦੀ ਕਰ ਲਈ ਅੱਗੇ ਪਿੱਛੇ ਤੋਂ ਬਿਲਕੁਲ 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 ਹਮਮ ਔਰ ਇਹ ਦਾ ਕੁੱਟਮਾਰ ਦੇ ਸ਼ਿਕਾਰ ਲੋਕ ਹੈ ਜੀ ਉਹਨਾਂ ਦਾ ਕੋਈ ਪਤਾ ਹੀ ਨਹੀਂ ਕਿੰਨੇ ਕੈਪ ਕੱਲ ਪੰਜਾਬ ਦੀ ਜਿਹੜੀ ਕੈਬਨਿਟ ਦੀ ਮੀਟਿੰਗ ਹੋਈ ਸੀ ਪੰਜਾਬ ਦੀ ਜਿਹੜੀ ਆਲ ਪਾਰਟੀ ਮੀਟਿੰਗ ਹੋਈ ਹੈ ਜੀ ਉਸ ਆਲ ਪਾਰਟੀ ਮੀਟਿੰਗ ਦੇ ਵਿੱਚ ਵੀ ਇਹ ਗੱਲ ਆਈ ਹੈ ਹਮਮ ਕਿ ਪੰਜ ਜਿਹੜੇ ਹੈਗੇ ਬੰਦਿਆਂ ਦਾ ਹਾਲੇ ਤੱਕ ਪਤਾ ਨਹੀਂ ਲੱਗਦਾ ਪਤਾ ਨਹੀਂ ਲੱਗਦਾ ਕਿ ਕੁਟੇ ਕਿੱਥੇ ਨਹੀਂ ਪੰਜ ਬੰਦੇ ਤਾਂ ਇਹ ਜਿਹੜੇ ਪੰਜਾਬ ਸਰਕਾਰ ਦੇ ਨੋਟਿਸ ਹੈ ਜਿਹੜੇ ਪੰਜਾਬ ਸਰਕਾਰ ਦੇ ਵੀ ਨੋਟਿਸ ਦੇ ਵਿੱਚ ਨਹੀਂ ਉਹ ਕਿੰਨੇ ਕੁ ਬੰਦੇ ਹੋਣਗੇ ਜੀ ਜਿਹੜੇ ਬੰਦੇ ਕੁੱਟੇ ਮਾਰੇ ਗਏ ਕਿਸਾਨ ਲੀਡਰਾਂ ਨੇ ਇਹ ਵੀ ਮੰਗ ਕੀਤੀ ਹੈ ਕਿ ਉਹਨਾਂ ਦਾ ਮੈਡੀਕਲ ਜਿਹੜਾ ਹੈਗਾ ਡਾਕਟਰ ਨੂੰ ਨਾ ਕਰਵਾਇਆ ਜਾਵੇ ਜੀ ਮੈਡੀਕਲ ਕਰਵਾਇਆ ਜਾਵੇ ਮੈਡੀਕਲ ਕਰਵਾ ਕੇ ਫੇਰ ਹੀ ਪਤਾ ਲੱਗਦੀ ਹੈ ਉਹਨਾਂ ਦੇ ਸੱਟਾਂ ਕਿੰਨੇ ਕੁ ਵੱਜ ਗਏ ਹੂੰ ਹੂੰ ਔਰ ਉਹਨਾਂ ਬੰਦਿਆਂ ਨੂੰ ਜਿਹੜਾ ਜ਼ਿਲ੍ਹਿਆਂ ਦੇ ਵਿੱਚ ਛੁੱਟਿਆ ਵੈ ਜੀ ਉਹ ਜ਼ਿਲ੍ਹਾ ਕੇਦਰੀਵਾਲ ਸਰਕਾਰ ਦੀ ਮਤਹਤ ਹੁੰਦੀ ਜੀ ਉਲਸ ਉੱਥੇ ਜਿਹੜੀ ਹੈਗੀ ਆ ਸਿੱਧੇ ਤੌਰ ਤੇ ਕੇਂਦਰ ਦੇ ਮਤਾਹਤ ਹੈ ਜੀ ਲੇਕਿਨ ਜੇਲਾ ਕੇਜਰੀਵਾਲ ਸਰਕਾਰ ਦੇ ਮਤਾਹਤ ਆ ਗਿਆ ਜੇਲਡਪਾਰਟਮੈਂਟ ਆ ਗਿਆ ਜੇਲਡਪਾਰਟਮੈਂਟ ਇਸ ਕਰਕੇ ਕਿਸਾਨ ਮੋਰਚੇ ਦੇ ਆਗੂਆਂ ਨੇ ਕੇਜਰੀਵਾਲ ਸਰਕਾਰ ਨੂੰ ਵੀ ਅਪੀਲ ਕੀਤੀ ਹੈ ਜੀ ਕਿ ਜਿਹੜੇ ਕਿਸਾਨ ਜੇਲਾਂ ਦੇ ਵਿੱਚ ਬੈਠੇ ਆ ਉਹਨਾਂ ਨੂੰ ਜਿਹੜੀਆਂ ਠੀਕ ਫੈਸਿਲਿਟੀਆਂ ਮਿਲ ਇਹ ਤੁਸੀਂ ਪ੍ਰਬੰਧ ਕਰੋ ਜੀ ਅਰ ਉਹਨਾਂ ਨੇ ਫੈਸਲਾ ਕਰਤਾ ਕਿ ਜਿੰਨੀ ਦੇਰ ਤੱਕ ਤੁਸੀਂ ਗ੍ਰਿਫਤਾਰ ਕੀਤੇ ਹੋਏ ਕਿਸਾਨਾਂ ਨੂੰ ਰਿਹਾਇ ਨਹੀਂ ਕਰਦੇ ਹੂੰ ਹੂੰ ਉਹਨੀ ਦੇਰ ਤੱਕ ਤੁਹਾਡੇ ਨਾਲ ਕੋਈ ਰਸਮੀ ਮੀਟਿੰਗ ਨਹੀਂ ਹੋਊਗੀ ਜੀ ਗੈਰ ਰਸਮੀ ਮੀਟਿੰਗ ਦਾ ਤੁਹਾਨੂੰ ਪਤਾ ਚੱਲਦੀ ਰਹਿੰਦੀ ਹੈ। ਉਚੂਲਾਂ ਦੇ ਰਾਹੀਂ ਗੱਲਾਂ ਪਤਾ ਚੱਲਦੀਆਂ ਰਹਿੰਦੀਆਂ। ਸਰਕਾਰ ਆਪਣੇ ਬੰਦੇ ਭੇਜਦੀ ਹੈ, ਭੇਜਦੀ ਹੈ ਉਹ ਦੇਖਦੇ ਵੀ ਕਿਸਾਨ ਕੀ ਕਹਿਣਾ ਚਾਹੁੰਦੇ ਉੱਥੋਂ ਗੱਲ ਹੋ ਜਾਂਦੀ ਹੈ। ਹਮਮ ਲੇਕਿਨ ਜਿਹੜੀ ਰਸਮੀ ਗੱਲਬਾਤ ਹੈ ਉਹਦੇ ਤੇ ਉਹਨਾਂ ਨੇ ਕਿਹਾ ਸੀ ਬਿਲਕੁਲ ਨਹੀਂ ਜਾਵਾਂਗੇ। ਉਹਨਾਂ ਨੇ ਰਿਫਿਊਜ਼ ਕਰ ਦਿੱਤਾ ਇਹਦੇ ਤੇ ਕਿਉਂਕਿ ਜੋ ਕੁਝ ਐਸੂਲ ਕੀਤਾ ਜਾ ਰਿਹਾ ਹੈ ਇਹ ਤਾਂ ਉਹ ਕੀਤਾ ਜਾ ਰਿਹਾ ਜਿਹੜਾ ਅੰਗਰੇਜ਼ਾਂ ਦੇ ਜ਼ਮਾਨੇ 'ਚ ਵੀ ਨਹੀਂ ਹੁੰਦਾ ਸੀ। ਹਮਮ ਹਮ ਆਪਣੇ ਦੇਸ਼ ਦੇ ਲੋਕਾਂ ਦੇ ਨਾਲ ਤੁਸੀਂ ਅਹਿਜਾਨ ਕਰੋ। ਕਾਨੂੰਨ ਦਾ ਰਾਜ ਹੈ। ਜੀ। ਜੇ ਸਾਡੇ ਦੇਸ਼ ਦੇ ਵਿੱਚ ਅਸੀਂ ਇੱਕ ਲੋਕਤੰਤਰ ਦੇ ਵਿੱਚ ਰਹਿਣੇ ਤਾਂ ਲੋਕਤੰਤਰ ਜਿਹੜਾ ਹੈਗਾ ਲੋਕਾਂ ਦੇ ਵਾਸਤੇ ਬਣਾਇਆ ਹੋਇਆ ਹੈ ਜੀ ਬਿਲਕੁਲ ਲੋਕਤੰਤਰ ਦੇ ਵਿੱਚ ਜੇ ਲੋਕਾਂ ਨੂੰ ਆਵਾਜ਼ ਉਠਾਉਣ ਦਾ ਜਿਹੜਾ ਹੈਗਾ ਤੁਹਾਡਾ ਹੱਕ ਹੀ ਹੈ ਨਹੀਂ ਤਾਂ ਕੀ ਹੈ ਹੂੰ ਹੂੰ ਇਹਦੇ ਵਾਸਤੇ ਜੇ ਆਪਾਂ ਸੰਵਿਧਾਨ ਦੇ ਆਰਟੀਕਲ 19 ਦੀ ਗੱਲ ਕਰੀਏ ਜੀ ਸੰਵਿਧਾਨ ਦਾ ਆਰਟੀਕਲ 19 ਜਿਹੜਾ ਜੀ ਹਰ ਬੰਦੇ ਨੂੰ ਲਿਖਣ ਦਾ ਹੱਕ ਦਿੰਦਾ ਹੈ ਅੱਛਾ ਜੀ ਬੋਲਣ ਦਾ ਹੱਕ ਦਿੰਦਾ ਹੈ ਹੂੰ ਹੂੰ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦਾ ਹੱਕ ਦਿੰਦਾ ਹੈ ਜੀ ਹਰ ਨਾਗਰਿਕ ਜਿਹੜਾ ਹੈ ਕਿਸੇ ਵੀ ਸਮੂਹ ਦਾ ਮੈਂਬਰ ਬਣ ਸਕਦਾ ਹੈ ਕੋਈ ਯੂਨੀਅਨ ਵਗੈਰਾ ਬਣਾ ਸਕਦੇ ਜੇ ਉਹਨਾਂ ਨੇ ਆਪਣੇ ਹੱਕਾਂ ਹਕੂਕਾਂ ਵਾਸਤੇ ਸੰਘਰਸ਼ ਕਰਨਾ ਹੋਵੇ ਉਹ ਸੰਘਰਸ਼ ਕਰ ਸਕਦੇ ਕਰ ਸਕਦੇ ਲੇਕਿਨ ਉਹ ਹਥਿਆਰਬੰਦ ਨਾ ਹੋਣ ਹਾਂਜੀ ਉਹਨਾਂ ਦੇ ਕੋਲ ਹਥਿਆਰ ਨਾ ਹੋਣ ਇਹ ਆਰਟੀਕਲ 21 19 ਹੈ ਜਿਹੜਾ ਇਹ ਸਾਡੇ ਲੋਕਾਂ ਨੂੰ ਭਾਰਤ ਦਾ ਸੰਵਿਧਾਨ ਹੱਕ ਦਿੰਦਾ ਹੈ ਜੀ ਹੁਣ ਇਹਨਾਂ ਕੋਲ ਕਿਹੜੇ ਹਥਿਆਰ ਹੈ ਹੂੰ ਹੂੰ ਕੋਈ ਹਥਿਆਰ ਕੋਈ ਹਥਿਆਰ ਨਹੀਂ 2 ਮਹੀਨੇ ਹੋ ਗਏ ਉਹਨਾਂ ਨੂੰ ਬੈਠਿਆ ਨੂੰ ਉੱਥੇ 2 ਮਹੀਨਿਆਂ ਦੇ ਵਿੱਚ ਉਹਨਾਂ ਨੇ ਕੀ ਗੜਬੜ ਕੀਤੀ ਕੋਈ ਵੀ ਗੜਬੜ ਨਹੀਂ ਕੋਈ ਗੜਬੜ ਨਹੀਂ ਜਿਹੜੀ ਲਾਲਕਿੱਲੇ ਤੇ ਹੋਈ ਹੈ ਲਾਲਕਿੱਲੇ ਦੇ ਵਿੱਚ ਕਿਸਾਨਾਂ ਦਾ ਕੋਈ ਰੋਲ ਹੀ ਹੈ ਨਹੀਂ ਰੋਲ ਹੀ ਹੈ ਨਹੀਂ ਉਹ ਤਾਂ ਉਹ ਤਾਂ ਉਹ ਜਿਹੜੀ ਜਿਸ ਢੰਗ ਦੇ ਨਾਲ ਉਹਨਾਂ ਨੂੰ ਰੂਟ ਦੇ ਕੇ ਤੋਰਿਆ ਉਧਰ ਨੂੰ ਗਿਆ ਉਹ ਤੁਰ ਗਿਆ ਉਸ ਪਾਸੇ ਤੁਰ ਕੇ ਉਸ ਪਾਸੇ ਉਹ ਤਾਂ ਉਹ ਰੈਡ ਟਰੈਪ ਚ ਫਸ ਗਿਆ ਰੈਡ ਟਰੈਪ ਚ ਫਸ ਗਿਆ ਵਿਚਾਰੀ ਹਮਮ ਔਰ ਉੱਥੇ ਜੋ ਕੁਝ ਹੋਇਆ ਕੀਤਾ ਕਰਾਇਆ ਉਹ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਹਮਮ ਉਹ ਵੀ ਜਿਹੜਾ ਕੀਤਾ ਕਰਵਾਇਆ ਗਿਆ ਸੀ ਉਹ ਇਸ ਲਈ ਕੀਤਾ ਕਰਵਾਇਆ ਗਿਆ ਸੀ ਤਾਂ ਕਿ ਕਿਸਾਨ ਅੰਦੋਲਨ ਦੀ ਬਾਕੀ ਦੁਨੀਆ ਨੂੰ ਜਾਣਕਾਰੀ ਨਾ ਮਿਲੇ ਹਮਮ ਇਸ ਵਾਸਤੇ ਸਾਰਾ ਕੁਝ ਕਰਵਾਇਆ ਸੀ ਸੋ ਆਰਟੀਕਲ 19 ਜਿਹੜੇ ਹੱਕ ਹਕੂਕ ਦਿੰਦਾ ਹੈ ਹਮਮ ਉਹ ਨਾ ਕਹ ਰਿਹਾ ਕੁਕਨੂ ਦੇ ਕੇਂਦਰ ਸਰਕਾਰ ਕੁਚਲਦੀ ਹੈ ਜੀ ਤਾਂ ਮੇਰਾ ਖਿਆਲ ਹੈ ਫਿਰ ਇਹਦੇ ਤੇ ਕਿਸਾਨ ਗੱਲ ਕਰਨਗੇ ਤਾਂ ਕਰਨਗੇ ਕਿਉਂ ਹੂੰ ਹੂੰ ਤੁਸੀਂ ਹੁਣ ਜੀ ਦੀ ਵਾਲੀ ਗੱਲ ਕੀਤੀ ਹੈ ਤਾਂ ਦਾ ਮਤਲਬ ਹੈ ਕਿ ਅੰਦੋਲਨ ਤਾਂ ਫਿਰ ਪਕਣਾ ਸ਼ੁਰੂ ਹੋ ਗਿਆ ਜੀ ਦਿਨ-ਬਦਨ ਅੰਦੋਲਨ ਪਕਦਾ ਜਾਂਦਾ ਹੈ ਹੂੰ ਹੂੰ ਔਰ ਇਹ ਜ਼ਰੂਰ ਕਿ ਨਾ ਕੋਈ ਮਤਲਬ ਜਿਹੜਾ ਹੈਗਾ ਨਤੀਜਾ ਤਾਂ ਸਾਹਮਣੇ ਆਉਣੇ ਹੀ ਆਉਣੇ ਜੀ ਪਾਰਲੀਮੈਂਟ ਦੇ ਵਿੱਚ ਵੀ ਆਪਾਂ ਨੂੰ ਪਤਾ ਹੀ ਹੈ ਇਸ ਵੇਲੇ ਵੀ ਚੱਲੀ ਜਾਂਦਾ ਹੈ ਇਸ ਗੱਲ ਦੇ ਉੱਤੇ ਬਹਿਸ ਹੋਈ ਜਾਂਦੀ ਹੈ ਹੂੰ ਹੂੰ ਸੋ ਚਾਹੀਦਾ ਕੇਂਦਰ ਸਰਕਾਰ ਨੂੰ ਕਿ ਉਹ ਜਿਹੜਾ ਆਪਣੀ ਜਨਤਾ ਦੇ ਪ੍ਰਤੀ ਜੀ ਜਿਹੜਾ ਹੈਗਾ ਜਨਤਾ ਦੇ ਸੇਵਕਾਂ ਵਾਲਾ ਰੁਈਆ ਰੱਖਣ ਇਹ ਨਾ ਰੱਖਣ ਕਿ ਉਹ ਹਾਕਮ ਹੈ ਹਾਕਮ ਹੈ ਉਹ ਮਾਲਕ ਹੈ ਹੋਈ ਹੁਣ ਉਹ ਰਾਜੇ ਨਾ ਬਣ ਜੀ ਜੀ ਆ ਰਾਜੇ ਜਿਹੜੇ ਹੁੰਦੇ ਸੀ ਉਸ ਵੇਲੇ ਹੁੰਦੇ ਸੀ ਜਦੋਂ ਰਾਣੀਆਂ ਦੇ ਪੇਟਾਂ ਚ ਜੰਮਦੇ ਸੀ ਹੁਣ ਜਿਹੜੇ ਹੈਗੇ ਆ ਰਾਜੇ ਸਾਡੇ ਜਿਹੜੇ ਪ੍ਰਤੀਨਿਧ ਹੈ ਉਹ ਇੱਕ ਐਕਟ ਐਕ ਸਮਝੌਤਾ ਸਾਡਾ ਜੀ ਕਿ ਉਹ ਆਪਣਾ ਪ੍ਰੋਗਰਾਮ ਦਿੰਦੇ ਆ ਆਪਾਂ ਉਹਨਾਂ ਨੂੰ ਵੋਟਾਂ ਪਾਉਣੀ ਹੂੰ ਹੂੰ ਉਹਨਾਂ ਦੇ ਪ੍ਰੋਗਰਾਮ ਨੂੰ ਆਪਾਂ ਸਹਿਮਤ ਹੋਣੇ ਆ ਕਿ ਜਿਹੜੀ ਪਾਰਟੀ ਨੂੰ ਅਸੀਂ ਸਹਿਮਤ ਹੋਵਾਂਗੇ ਉਸ ਨੂੰ ਵੋਟਾਂ ਦੇ ਮੰਗੇ ਜੀ ਜੀ ਜਿਹੜੇ ਪ੍ਰੋਮਿਸ ਕੀਤੇ ਉਹ ਉਹਨਾਂ ਨੂੰ ਇੰਪਲੀਮੈਂਟ ਕਰਨ ਪ੍ਰੋਮਿਸ ਤਾਂ ਕੀਤਾ ਸੀ ਸੁਆਮੀ ਨਾਥਨ ਕਮਿਸ਼ਨ ਦੇ ਰਿਪੋਰਟ ਨੂੰ ਲਾਗੂ ਕਰਨਾ ਜੀ ਜੀ ਲੇਕਿਨ ਉਹਦੀ ਬਜਾਏ ਆ ਕੱਢ ਲਿਆ ਵਿੱਚੋਂ ਕੱਚ ਦੇ ਵਿੱਚੋਂ ਮੂਗਲਾ ਕੋਈ ਹੋਰ ਹੀ ਕੱਢ ਲਿਆ ਹੋਰ ਹੀ ਕੱਢ ਲਿਆ ਠੀਕ ਇਸੇ ਤਰੀਕੇ ਨਾਲ ਜੇ ਲੋਕ ਟੈਕਸ ਪੇ ਕਰਦੇ ਆ ਤਾਂ ਟੈਕਸ ਪੇ ਦਾ ਮਤਲਬ ਹੈ ਕਿ ਉਹਨਾਂ ਨੂੰ ਜਿਹੜੀਆਂ ਸਰਵਿਸਿਜ਼ ਦੇਉ ਤੁਸੀਂ ਜੀ ਤੇ ਜੇ ਸਰਵਿਸਿਜ਼ ਦੇ ਨਾਲ ਥੱਲੇ ਤੁਸੀਂ ਉਹਨਾਂ ਦੀ ਕੰਡੀਆਂ ਕੰਡਿਆਲੀਆਂ ਤਾਰਾਂ ਦੇ ਨਾਲ ਉਹਨਾਂ ਦੀ ਘੇਰਾਬੰਦੀ ਘੇਰਾਬੰਦੀ ਕਰੋਗੇ ਤਾਂ ਫਿਰ ਕਿੱਥੇ ਰਹਿ ਗਿਆ ਹੂੰ ਹੂੰ ਜੀ ਸੋ ਟਿਲੋ ਸਭ ਕਿਸਾਨ ਅੰਦੋਲਨ ਨੂੰ ਲੈ ਕੇ ਸ਼ੁਕਰ ਹੈ ਕਹਿੰਦੇ ਪਾਰਲੀਮੈਂਟ ਦੇ ਵਿੱਚ ਗੂੰਜ ਪਈ ਹੈ ਬਿਲਕੁਲ ਜੀ ਦਾਬੀ ਦਿੱਤੀ ਜਾਂਦੀ ਸੀ ਬਿਲਕੁਲ ਬਿਲਕੁਲ ਪਾਰਲੀਮੈਂਟ ਦੇ ਵਿੱਚ ਜੇ ਆਪਾ ਆਪੋਜੀਸ਼ਨ ਨੂੰ ਦੇਖੀ ਤਾਂ ਆਪੋਜੀਸ਼ਨ ਕਾਫੀ ਕਮਜ਼ੋਰ ਹੈ ਜੀ ਲੇਕਿਨ ਰਾਜ ਸਭਾ ਵਿੱਚ ਆਪੋਜੀਸ਼ਨ ਦੀ ਜਿਹੜੀ ਹੈਗੀ ਹੈ ਪੁੱਛ ਕੁਛ ਹੈਗੀ ਹੈ ਹੂੰ ਹੂੰ ਉਹਨਾਂ ਦੀ ਸਟਰੈਂਥ ਕਾਫੀ ਹੈ ਔਰ ਉੱਥੇ ਵੀ ਕੱਲ ਰਾਜ ਸਭਾ ਦੇ ਵਿੱਚ ਇਹ ਮਾਮਲਾ ਉਠਾਇਆ ਗਿਆ ਸੀ ਜੀ ਮੰਗ ਕੀਤੀ ਸੀ ਰਾਜ ਸਭਾ ਦੇ ਵਿੱਚ ਕਿ ਇੱਕ ਵਿਸ਼ੇਸ਼ ਜਿਹੜਾ ਹੈਗਾ ਘਾਰਾ ਹੈ ਜੀ ਉਹਦਾ ਹਵਾਲਾ ਦਿੱਤਾ ਸੀ ਪਾਰਲੀਮੈਂਟਰੀ ਮਾਮਲੇ ਦੀ ਕਿ ਉਹਦੇ ਤਹਿਤ ਇਸ ਮਾਮਲੇ ਦੇ ਉੱਤੇ ਬਹਿਸ ਕਰਵਾਈ ਗਈ ਜੀ ਕਿਸਾਨ ਅੰਦੋਲਨ ਨੂੰ ਲੈ ਕੇ ਕਾਰਨ ਕੀ ਹੈ ਕਾਰਨ ਇਸ ਵਾਸਤੇ ਹੈ ਕਿ ਜਦੋਂ ਇੱਕ ਕਿਸਾਨ ਅੰਦੋਲਨ ਜਦੋਂ ਇੱਕ ਕਿਸਾਨ ਕਾਨੂੰਨ ਬਣਾਏ ਜੀ ਪਹਿਲਾਂ ਆਰਡੀਨੈਂਸ ਜਾਰੀ ਕੀਤਾ ਤੇ ਫਿਰ ਪਾਰਲੀਮੈਂਟ ਦੇ ਵਿੱਚ ਪੇਸ਼ ਕੀਤਾ ਉਸ ਵੇਲੇ ਰਾਜ ਸਭਾ ਦੇ ਵਿੱਚ ਮੰਗ ਕੀਤੀ ਸੀ ਮੈਂਬਰਾਂ ਨੇ ਜੀ ਲੋਕ ਸਭਾ ਦੇ ਵਿੱਚ ਵੀ ਕੀਤੀ ਸੀ ਕਿ ਇਹਨਾਂ ਕਾਨੂੰਨਾਂ ਨੂੰ ਸਿਲੈਕਟ ਕਮੇਟੀ ਦੇ ਕੋਲ ਭੇਜ ਦਿੱਤਾ ਗਿਆ ਜੀ ਇੱਕ ਪਾਰਲੀਮੈਂਟਰੀ ਕਮੇਟੀ ਹੁੰਦੀ ਹੈ ਹੂੰ ਹੂੰ ਉਹਦੇ ਵਿੱਚ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਹੁੰਦੇ ਉਹਦੇ ਵਿਚਾਰ ਕਰਨਾ ਬੜਦਾ ਸੀ ਜੀ ਫਿਰ ਨਾਲੇ ਸੀ ਕਿ ਜੇ ਤੁਸੀਂ ਉਹ ਵਿਚਾਰ ਨਹੀਂ ਕੀਤੀ ਤਾਂ ਘੱਟੋ-ਘੱਟ ਆਪ ਇਹਨੂੰ ਜਿਹੜਾ ਹੈਗਾ ਇਹਦੇ ਤੇ VOTING ਕਰਵਾ ਲਈ ਜੀ VOTING ਜਿਹੜੀ ਹੈਗੀ ਹੈ ਜਿਵੇਂ ਵੋਟਾਂ ਦੀ ਡਿਵੀਜ਼ਨ ਹੋਣੀ ਸੀ ਉਹ ਨਹੀਂ ਕਰਵਾਈ ਹੂੰ ਹੂੰ ਕੱਲ ਫਿਰ ਦੁਬਾਰਾ ਕੋਸ਼ਿਸ਼ ਕੀਤੀ ਸੀ ਕਿ ਲਓ ਜੀ ਤੁਸੀਂ ਇਹ ਦਿੱਤੇ ਆਪਾਂ ਹੁਣ ਬਹਿਸ ਕਰਵਾਏਗੀ ਜੀ ਪਰ ਸਾਡੇ ਜਿਹੜੇ ਹੈਗੇ ਆ ਉਪ ਚੇਅਰ ਚੇਅਰਮੈਨ ਸਾਹਿਬ ਜੀ ਉਪ ਚੇਅਰਮੈਨ ਨਹੀਂ ਚੇਅਰਮੈਨ ਉਹ ਐ ਬੰਕਈਆ ਨੇ ਡੂ ਜੀ ਹੂੰ ਹੂੰ ਉਹ ਉਪ ਰਾਸ਼ਟਰਪਤੀ ਹੈ ਉਹਨਾਂ ਨੇ ਕੋਰਾ ਜਵਾਬ ਦਿੱਤਾ ਜੀ ਕਹਿੰਦੇ ਜੀ ਨਹੀਂ ਅੱਜ ਕਿਉਂਕਿ ਬੁੱਧਵਾਰ ਹੈ ਤੇ ਬੁੱਧਵਾਰ ਨੂੰ ਅੱਜ ਜਿਹੜੀ ਹੈ ਉਹਦੇ ਤੇ ਵੈਦ ਸੋਣੀ ਹੈ ਪਰ ਧੰਵਾਦ ਦੇ ਮਤੇ ਦੇ ਉੱਤੇ ਵਿਚਾਰ ਚਰਚਾ ਹੋਣੀ ਜੀ ਉਹ ਕਹਿੰਦੇ ਜਦੋਂ ਤੁਸੀਂ ਰਾਸ਼ਟਰਪਤੀ ਸਾਹਿਬ ਦੇ ਭਾਸ਼ਣ ਦੇ ਧੰਵਾਦ ਤੇ ਮਤਾ ਪਾਸ ਕਰੋਗੇ ਜੀ ਉਸ ਵੇਲੇ ਆਪ ਦੀ ਗੱਲ ਕਰ ਲਓ ਉਹ ਤੋਂ ਪਹਿਲਾਂ ਨਹੀਂ ਹੂੰ ਇਹਦੇ ਤੇ ਜਿਹੜੇ ਹੈ ਰਾਜ ਸਭਾ ਦੇ ਮੈਂਬਰ ਨਹੀਂ ਮੰਨੇ ਇੱਕ ਵਾਰੀ ਕਈ ਵਾਰੀ ਜੀ ਫਿਰ ਕੱਲ ਖੱਪ ਪਈ ਜੀ ਕਈ ਵਾਰੀ ਬਤਲ ਜਿਹੜਾ ਹੈਗਾ ਫਿਰ ਅੰਦੋਲਨ ਆਪਣੀ ਤੁਹਾਡੀ ਕਾਰਵਾਈ ਮਲਤਵੀ ਕਰਨੀ ਪਈ ਹੂੰ ਹੂੰ ਅਖੀਰ ਸ਼ਾਮ ਤੱਕ ਹਾਲਾਤ ਇਹ ਬਣ ਗਏ ਦੁਪਹਿਰ ਤੱਕ ਹੀ ਜੀ ਕਿ ਇੱਕ ਦਿਨ ਦੇ ਲਈ ਸੈਸ਼ਨ ਮਲਤਵੀ ਕਰ ਦਿੱਤਾ ਸੀ ਹੂੰ ਹੂੰ ਸੇਮ ਪੋਜੀਸ਼ਨ ਹੋਈ ਹੈ ਤੁਹਾਡੀ ਲੋਕ ਸਭਾ ਚ ਹੂੰ ਲੋਕ ਸਭਾ ਦੇ ਵਿੱਚ ਮੰਗ ਕੀਤੀ ਗਈ ਸੀ ਕਿ ਕਾਲੇ ਕਾਨੂੰਨ ਹੈ ਜਿਹੜੇ ਇਹ ਰੱਦ ਕੀਤੇ ਜਾਣ ਜੀ ਕਿਉਂਕਿ ਉੱਥੇ VOTING ਵਾਲੀ ਤਾਂ ਕੋਈ ਗੱਲ ਹੀ ਨਹੀਂ ਹੈਗੀ ਹੂੰ ਹੂੰ ਉੱਥੇ BJP ਕੋਲੇ ਪੂਰੀ ਮジョਰਿਟੀ ਹੈ ਤੁਜੀਆਂ ਪਾਰਟੀਆਂ ਜਿਹੜੀਆਂ ਕਾਫੀ ਘੱਟ ਗਿਣਤੀ ਦੇ ਵਿੱਚ ਹੈ ਸੋ ਉਹਨਾਂ ਨੇ ਉੱਥੇ ਕਾਫੀ ਜਿਹੜਾ ਹੈਗਾ ਆਪਣਾ ਸ਼ੋਰ ਸ਼ਰਾਬਾ ਕੀਤਾ ਨਾਰੇਬਾਜੀ ਕੀਤੀ ਦੋਕ ਬਾਰੀ ਉੱਥੇ ਵੀ ਜਿਹੜੀ ਹੈ ਕਾਰਵਾਈ ਮਲਤਵੀ ਕੀਤੀ ਜੀ ਪਰ ਅਖੀਰ ਨੂੰ ਸ਼ਾਮ ਤੱਕ ਜਿਹੜਾ ਦੇਖਿਆ ਕਿ ਗੱਲ ਕਿਸੇ ਤਨਪੱਤਰ ਨਹੀਂ ਲੱਗਦੀ ਤੇ ਫਿਰ ਉਹ ਜਿਹੜਾ ਹੈਗਾ ਜੀ ਕੱਲ ਜੀ ਸੈਸ਼ਨ ਨੂੰ ਇੱਕ ਦਿਨ ਦੇ ਲਈ ਖਤਮੀ ਕਰਤਾ ਇਸ ਵੀ ਅੱਜ ਦਾ ਸੈਸ਼ਨ ਕੁਝ ਨਹੀਂ ਹੁੰਦਾ ਹਾਂਜੀ ਹੁਣ ਜਾਣਨ ਲਈ ਸਭ ਜੀ ਦੇਖੀ ਆਪਾਂ ਇੱਕ ਇੱਕ ਦਿਨ ਦੇ ਸੈਸ਼ਨ ਦੇ ਉੱਤੇ ਵੀ ਕਰੋੜਾ ਰੁਪਏ ਖਰਚ ਹੁੰਦੇ ਜੀ ਕਿੰਨਾ ਪੈਸਾ ਬਰਬਾਦ ਹੋ ਰਿਹਾ ਬਰਬਾਦ ਬਿਲਕੁਲ ਜੀ ਬਗੈਰ ਕੰਮ ਕੀਤੇ ਤੂੰ ਨਾ ਲੋਕ ਸਭਾ ਕੰਮ ਕਰ ਸਕਦੀ ਹੈ ਨਾ ਰਾਜ ਸਭਾ ਕੰਮ ਕਰ ਸਕਦੀ ਹੈ ਇਹਦੀ ਜ਼ਿੰਮੇਵਾਰੀ ਕਿਹਦੇ ਸਰ ਹੈ ਹੂੰ ਹੂੰ ਜ਼ਿੰਮੇਵਾਰੀ ਤਾਂ ਕੇਂਦਰ ਸਰਕਾਰ ਦੇ ਸਰ ਬਣਦੀ ਹੈ ਫਿਰ ਜੀ ਜਿਹੜੀ ਸਰਕਾਰ ਨੇ ਇਹਦਾ ਸਾਰਾ ਪ੍ਰਬੰਧ ਕਰਨਾ ਪਰ ਕੇਂਦਰ ਸਰਕਾਰ ਹੈ ਕੋਨਾਮਾ ਨੂੰ ਹੂੰ ਹੂੰ ਉਹ ਇਸ ਗੱਲ ਦੇ ਉੱਤੇ ਆਉਂਦੇ ਨਹੀਂ ਤੁਸੀਂ ਇਹ ਦੇਖੋ ਕਿ ਦੁਨੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚੋਂ ਜੀ ਲੋਕਾਂ ਨੇ ਬੋਲਣਾ ਸ਼ੁਰੂ ਕਰ ਦਿੱਤਾ ਹੈ ਬਹੁਤ ਵੱਡੀਆਂ-ਵੱਡੀਆਂ ਪਰਸਨੈਲਿਟੀਜ਼ ਜਿਹੜੀਆਂ ਉਹ ਪਹਿਲਾਂ ਹੀ ਇਹਨਾਂ ਕਾਨੂੰਨਾਂ ਦੀ ਹਮਾਇਤ ਕਰ ਚੁੱਕੀਆਂ ਹੂੰ ਹੂੰ ਇਹਦੇ باوجود ਵੀ ਜੇ ਕੇਂਦਰ ਸਰਕਾਰ ਨਹੀਂ ਬੋਲਦੀ ਤਾਂ ਜਿਹੜਾ ਨੁਕਸਾਨ ਹੋ ਰਿਹਾ ਹੈ ਜੀ ਪੈਸੇ ਦਾ ਵੀ ਨੁਕਸਾਨ ਹੋ ਰਿਹਾ ਹੈ ਵਕਤ ਦਾ ਵੀ ਨੁਕਸਾਨ ਹੋ ਰਿਹਾ ਹੈ ਇਹਦੇ ਲਈ ਕੇਂਦਰ ਸਰਕਾਰ ਜਿੰਮੇਵਾਰੀ ਤੋਂ ਭੱਜ ਨਹੀਂ ਸਕਦੀ ਹੂੰ ਹੂੰ ਸੋ ਪਾਰਲੀਮੈਂਟ ਦੇ ਵਿੱਚ ਮੈਂਬਰਾਂ ਨੇ ਭਾਵੇਂ ਉਹਨਾਂ ਦੀ ਗਿਣਤੀ ਘਟ ਹੈ ਜੀ ਕਾਫੀ ਉਹਨਾਂ ਨੇ ਕੱਲ ਆਪਣੇ ਏਰੀਆ ਦੀ ਜ਼ਿੰਮੇਵਾਰੀ ਨਿਭਾਈ ਹੈ ਤੇ ਇਹਨਾਂ ਹਾਲਾਤਾਂ ਤੋਂ ਇੰਨਾਂ ਲੱਗਦਾ ਹੈ ਹੂੰ ਹੂੰ ਕਿ ਅਗਲੇ ਦਿਨਾਂ ਦੇ ਵਿੱਚ ਵੀ ਪਾਰਲੀਮੈਂਟ ਦੀ ਜਿਹੜੀ ਹੈ ਸਮੂਥ ਵਰਕਿੰਗ ਜੀ ਉਹਦੇ ਵਿੱਚ ੜਿੱਕੇ ਖੜੇ ਹੋਣਗੇ ਹਾਂ ਹਾਂ ਜੀ ਤੇ ਉਧਰ ਢਿੱਲੋ ਸਾਹਿਬ ਫਿਰ ਜਿਹੜਾ ਆ ਕਾਰਪੋਰੇਸ਼ਨ ਦੀਆਂ ਚੋਣਾਂ ਚੱਲ ਰਹੀਆਂ ਨੇ ਉਵੇਂ ਹੀ ਖੜਕਾ ਤੜਕਾ ਉਹ ਸਾਰਾ ਕੁਝ ਪਰ ਇੱਕ ਪਾਰਟੀ ਪ੍ਰਧਾਨ ਦਾ ਉੱਥੇ ਪੁੱਜਣਾ ਤੇ ਉਹਦੀ ਪਾਰਟੀ ਦੇ ਉੱਤੇ ਉਹਦੀ ਗੱਡੀ ਦੇ ਉੱਤੇ ਪੱਥਰबाजी ਹੋਣੀ ਕੀ ਸਮਝਦੇ ਹੋ ਦੇਖੋ ਡੈਮੋਕ੍ਰੇਸੀ ਦੇ ਵਿੱਚ ਇਹ ਜੋਖਿਸ਼ ਹੋਇਆ ਗਲਤ ਹੋਇਆ ਕੱਲਾ ਇੱਥੇ ਨਹੀਂ ਹੋਇਆ ਜੀ ਲੋਕਲ ਬਾਡੀ ਦੀਆਂ ਚੋਣਾਂ ਦੇ ਵਿੱਚ ਜਲਾਲਾਬਾਦ ਦੇ ਵਿੱਚ ਵੀ ਗੜਬੜ ਹੋਈ ਹੈ ਹੂੰ ਹੂੰ ਗੜਬੜ ਤੁਹਾਡੀ ਪੱਟੀ ਚ ਵੀ ਹੋਈ ਹੈ ਜੀ ਭਿੱਖੀ ਬਿੰਡ ਵਗੈਰਾ ਮੇਰੇ ਖਿਆਲ ਉੱਥੇ ਹੋਈ ਹੈ ਹੂੰ ਹੂੰ ਦੋਆਬੇ ਚ ਵੀ ਕਦੀ ਥਾਂ ਦੇ ਉੱਤੇ ਨਿੱਕੀ ਮੁੱਠੀ ਗੜਬੜ ਹੋਈ ਹੈ ਜੀ ਪਹਿਲੀ ਗੱਲ ਤਾਂ ਇਹ ਦਿੱਤੇ ਇਹ ਹੈ ਕਿ ਜੀ ਲੋਕਲ ਬਾਡੀ ਦੀਆਂ ਚੋਣਾਂ ਜਿਹਨੂੰ ਅਸੀਂ ਸਥਾਨਕ ਸਰਕਾਰਾਂ ਕਹਿੰਦੇ ਆ ਜੀ ਸਥਾਨਕ ਸਰਕਾਰਾਂ ਦੀਆਂ ਚੋਣਾਂ ਜਿੱਤਣ ਵਾਸਤੇ ਰੂਲਿੰਗ ਪਾਰਟੀ ਇਸ ਤਰ੍ਹਾਂ ਕਰਦੀ ਇਹ ਗੱਲ ਠੀਕ ਨਹੀਂ ਹੂੰ ਇਹ ਲੋਕਤੰਤਰ ਦੇ ਲਈ ਖਤਰਨਾਕ ਹੈ ਹੂੰ ਪਰ ਜੇ ਇਹ ਕਿ ਇਹ ਅੱਜ ਦੀ ਸਰਕਾਰ ਹੀ ਇਹ ਕੁਝ ਕਰਨ ਲੱਗੀ ਹੈ ਜੀ ਮੇਰੇ ਖਿਆਲ ਇਹ ਕਾ ਗਲਤ ਹੈ ਇਹ ਵੀ ਠੀਕ ਨਹੀਂ ਅਸਲ ਦੇ ਵਿੱਚ ਇਹ ਜਿਹੜੀ ਹੈਗੀ ਹੈ ਇੱਕ ਪਰਤ ਪੈ ਗਈ ਹੈ ਜੀ ਕਿ ਜਿਹੜੀ ਪਾਰਟੀ ਦਾ ਰਾਜ ਭਾਗ ਹੈ ਉਸ ਪਾਰਟੀ ਨੇ ਜਿੱਤ ਰਹਿ ਬਹੁਤ ਸਾਰੇ ਥਾਵਾਂ ਤੇ ਆਪਾਂ ਦੇਖਿਆ ਕਿ ਲੋਕਾਂ ਦੇ ਕਾਗਜ਼ ਰੱਦ ਕਰਵਾ ਦਿੱਤੇ ਜਾਂਦੇ ਜੀ ਕਈ ਥਾਵਾਂ ਤੇ ਕਾਗਜ਼ ਭਰ ਨਹੀਂ ਦਿੱਤੇ ਜਾਂਦੇ ਪੁਲਿਸ ਦੀ ਮਦਦ ਦੇ ਨਾਲ ਬੰਦਿਆਂ ਨੂੰ ਰੋਕ ਲਿਆ ਜਾਂਦਾ ਹੈ ਜੀ ਉਹ ਨਹੀਂ ਰੁਕਦੇ ਉਹਨਾਂ ਦੇ ਖਿਲਾਫ ਪਰਚੇ ਵਗੈਰਾ ਦੇ ਦਿੱਤੇ ਜਾਂਦੇ ਪਹਿਲਾ ਕੁਸ਼ ਹੁੰਦਾ ਰਿਹਾ ਜੀ ਆਪਾਂ ਪਹਿਲਾਂ ਵੀ ਕਈ ਵਾਰੀ ਮਿਸਾਲ ਦਿੱਤੀ ਹੈ ਬਠਿੰਡਾ ਦੀ ਜਦੋਂ ਬਲਜੀਤ ਸਿੰਘ ਬੀੜ ਬਹਿਮਣ ਇੱਥੇ ਮੇਅਰ ਹੁੰਦੇ ਸੀ ਤਾਂ ਅਕਾਲੀ ਦਲ ਦੀ ਪਹਿਲੀ ਸਰਕਾਰ ਸੀ ਜੀ ਉਦੋਂ ਕੁਝ ਲੋਕਾਂ ਨੇ ਇੱਥੇ ਇਕੱਠਿਆ ਹੋ ਕੇ ਸੁਖਬੀਰ ਸਿੰਘ ਬਾਦਲ ਤੇ ਪ੍ਰੈਸ਼ਰ ਬਿਲਡ ਕੀਤਾ ਕਿ ਇਹਨਾਂ ਨੂੰ ਹਟਾ ਕੇ ਮੇਅਰ ਦੇ ਅਹੁਦੇ ਤੋਂ ਕਿਸੇ ਨੂੰ ਹੋਰ ਬਣਾਇਆ ਜਾਵੇ ਲੇਕਿਨ ਬਲਜੀਤ ਸਿੰਘ ਬੀੜ ਬਹਿਮਣ ਜਿਹੜਾ ਹੈਗਾ ਉਹ ਬਾਦਲ ਪਰਿਵਾਰ ਦੇ ਕਰੀਬੀ ਸੀ ਖਾਸ ਕਰਕੇ ਸੀਨੀਅਰ ਬਾਦਲ ਦੇ ਨਾਲ ਉਹਨਾਂ ਦੇ ਬਹੁਤ ਵਧੀਆ ਰਿਲੇਸ਼ਨ ਪਰਿਵਾਰ ਹਾਂਜੀ ਔਰ ਸੁਖਬੀਰ ਨੇ ਕਹਦਾ ਵੀ ਵੱਡੇ ਬਾਦਲ ਸਾਹਿਬ ਇਹਨਾਂ ਦੀ ਜੇ ਮਦਦ ਕਰਦੇ ਤਾਂ ਤੁਸੀਂ ਗੱਲ ਉਹਨਾਂ ਨਾਲ ਕਰ ਲਓ ਜੀ ਜਦੋਂ ਵੱਡੇ ਬਾਦਲ ਸਾਹਿਬ ਕੋਲੇ ਗਏ ਤੇ ਵੱਡੇ ਬਾਦਲ ਸਾਹਿਬ ਕਹਿੰਦੇ ਕਾਕਾ ਜੀ ਕੀ ਤਕਲੀਫ ਹੈ ਕਹਿੰਦੇ ਜੀ ਇਹ ਕੰਮ ਨਹੀਂ ਕਰਦਾ ਉਹ ਕਹਿੰਦੇ ਜੀ ਐਂਕਰੋਸਤੀ ਫੇਲੇ ਦਿਓ ਸਾਰੇ ਅੱਛਾ ਜੀ ਅਸਤੀਫੇ ਦੇ ਕੇ ਤੇ ਆਪਾਂ ਚੋਣਾ ਕਰਾ ਦੇਣੀ ਚੋਣਾ ਕਰਾ ਦੇਣਾ ਦੁਬਾਰਤੋਂ ਜਿੱਤੇ ਤੁਸੀਂ ਦੁਬਾਰਾ ਜਿੱਤ ਲਓ ਜਿਹਦੇ ਦਾਮ ਹੋਇਆ ਸਰਕਾਰ ਘਰੇ ਬੈਹ ਜੂਗੀ ਉਹ ਕਹਿੰਦੇ ਜੀ ਦਾ ਕੀ ਮਤਲਬ ਉਹ ਕਹਿੰਦੇ ਕਾਕਾ ਤੁਹਾਡੇ ਚ ਜਿੱਤਿਆ ਤਾਂ ਕੋਈ ਵੀ ਨਹੀਂ ਹੂੰ ਕੁੰਡੀਆਂ ਲਾ ਕੇ ਜਿਤਾਇਆ ਤੁਹਾਨੂੰ ਹੂੰ ਹੂੰ ਜੇ ਉਦੋਂ ਕੁੰਡੀਆਂ ਲਾ ਕੇ ਜਿਤਾਇਆ ਜਾ ਸਕਦਾ ਸੀ ਤਾਂ ਫਿਰ ਕੁੰਡੀਆਂ ਹੁਣ ਵੀ ਲੱਗਣਗੀਆਂ ਹੁਣ ਵੀ ਲੱਗਣਗੀਆਂ ਪਤਾ ਰਾਹ ਖੋਲਿਆ ਰਾਹ ਜਿਹੜ ਪਹਾੜਾ ਬਣ ਗਿਆ ਪਹਿਲਾਂ ਜੀ ਸਾਹਸ ਟੱਪਿਆ ਤੇ ਫਿਰ ਪਹਾੜਾ ਬਣ ਗਿਆ ਹੁਣ ਇਹੀ ਕੁਝ ਕਾਂਗਰਸੀ ਨੇ ਕਰਨਾ ਸ਼ੁਰੂ ਕਰ ਦਿੱਤਾ ਲੇਕਿਨ ਮੇਰੀ ਇੱਕ ਜਿਹੜੀ ਹੈਗੀ ਹੈ ਸਮਝੇ ਬਣਦੀ ਹੈ ਕਿ ਜਿਹੜੇ ਕੌਮੀ ਪ੍ਰੇਸ਼ਾਨ ਹੁਣ ਜੀ ਜੇ فرض ਕਰੋ ਪੰਜਾਬ ਦੇ ਵਿੱਚ ਚੋੜਾ ਹੁੰਦੀ ਹੈ ਤੇ ਰਾਹੁਲ ગાંધી ਆਵੇ ਹਮ ਨੋਮੀਨੇਸ਼ਨ ਪੇਪਰ ਫਾਈਲ ਕਰਵਾਉਣ ਵਾਸਤੇ ਹਾਲਾਂਕਿ ਉਮੀਦਵਾਰ ਨੇ ਇਹਨੂੰ ਉਹਦੇ ਲਈ ਕਿੰਨੀ ਕਿ ਚੰਗੀ ਗੱਲ ਹੈ ਜੀ ਸੁਖਵੀਰ ਸਿੰਘ ਬਾਦਲਾ ਕਾਲੀਦਲ ਦੇ ਪ੍ਰਧਾਨ ਆ ਕਾਲੀਦਲ ਇੱਕ ਰੀਜਨਲ ਪਾਰਟੀ ਹੈ ਹਮਮ ਪਰ ਆਮ ਤੁਸੀਂ ਦੇਖਿਆ ਹੋਣਾ ਇਹ ਕਹਿੰਦੇ ਆ ਸਾਡੀ ਕੌਮੀ ਪਾਰਟੀ ਹੈ ਕੌਮੀ ਪ੍ਰਧਾਨ ਹੈ ਹਮਮ ਕਿਉਂਕਿ ਇਹ ਰਾਜਾਂ ਦੇ ਵਿੱਚ ਹੋਰ ਇਹਨਾਂ ਦੇ ਜੂਨਟ ਹੈਗੇ ਕੌਮੀ ਪ੍ਰਧਾਨ ਨੇ ਕੱਲ ਦੋ ਵੱਡੀਆਂ ਜਿਹੜੀਆਂ ਹੈਗੀਆਂ ਆਪਾਂ ਕਹਾਂਗੇ ਦੋ ਵੱਡੇ ਮੌਕੇ ਨੂੰ ਮਿਸ ਕੀਤੇ ਜੀ ਇੱਕ ਇੱਕ ਪਾਰਲੀਮੈਂਟ ਦਾ ਸੈਸ਼ਨ ਚੱਲਦਾ ਸੀ ਹਮਮ ਪਾਰਲੀਮੈਂਟ ਦੇ ਸੈਸ਼ਨ ਦੇ ਵਿੱਚ ਕਿਸਾਨਾਂ ਦੇ ਮੁੱਦੇ ਦੇ ਉੱਤੇ ਗੱਲ ਕਰਨੀ ਬਣਦੀ ਹੈ ਜੀ ਔਰ ਚਾਹੀਦਾ ਇਹ ਸੀ ਕਿਉਂਕਿ ਅਕਾਲੀ ਦਲ ਨੂੰ ਕਿਸਾਨਾਂ ਦਾ ਮਸੀਹਾ ਕਹਿੰਦੇ ਆ ਜੀ ਅਸੀਂ ਲੋਕ ਨਹੀਂ ਕਹਿੰਦੇ ਇਹ ਆਪ ਕਹਿੰਦੇ ਕਿ ਸਿੰਘ ਜੀ ਕਿਸਾਨਾਂ ਦੇ ਬਸੀਹਾ ਹੂੰ ਹੂੰ ਪਿਛਲੇ ਦਿਨਾਂ ਦੇ ਵਿੱਚ ਜਦੋਂ ਬਾਦਲ ਸਾਹਿਬ ਗਏ ਐ ਸੁਖਵੀਰ ਜੀ ਸਿੰਘੂ ਆਪਣਾ ਉਹਦੇ ਤੇ ਗਾਜੀਪੁਰ ਬਾਰਡਰ ਤੇ ਜੀ ਟਕੈਤ ਸਾਹਿਬ ਨੂੰ ਉਹਨਾਂ ਨੇ ਜਾ ਕੇ ਦੁਆ ਸलाम ਕੀਤੀ ਐ ਉਹਨਾਂ ਦਾ ਧੰਨਵਾਦ ਵੀ ਕੀਤਾ ਐ ਹੂੰ ਹੂੰ ਤੇ ਉਦੋਂ ਉਹਨਾਂ ਨੇ ਕਿਹਾ ਸੀਗਾ ਜੀ ਵੀ ਟਕੈਤ ਸਾਹਿਬ ਦੇ ਪਿਤਾ ਜੀ ਤੇ ਮੇਰੇ ਪਿਤਾ ਜੀ ਦਾ ਕਿਸਾਨਾਂ ਦੇ ਵਾਸਤੇ ਇਕੱਠੇ ਅੰਦੋਲਨ ਲੜਦੇ ਲੜਦੇ ਤੇ ਕੱਲ ਫਿਰ ਪਾਰਲੀਮੈਂਟ ਦੇ ਵਿੱਚ ਉਹਨਾਂ ਦਾ ਹੋਣਾ ਚਾਹੀਦਾ ਸੀ ਚਲੋ ਕਈ ਵਾਰੀ ਇਹ ਹੁੰਦੀ ਐ ਕਿ ਪਹਿਲਾ ਦਿਨ ਪਹਿਲੇ ਦਿਨ ਦੀ بجائے ਅਗਲੇ ਦਿਨ ਜਾਦੇ ਰਵਗੇ ਤੇ ਫਿਰ ਆਲ ਪਾਰਟੀ ਮੀਟਿੰਗ ਜਿਹੜੀ ਚੰਡੀਗੜ੍ਹ ਹੋ ਰਹੀ ਸੀ ਹੂੰ ਹੂੰ ਉਹਦੇ 'ਚ ਹੋਣਾ ਚਾਹੀਦਾ ਸੀ ਉਹ ਉਹਦੇ 'ਚ ਵੀ ਨਹੀਂ ਗਏ ਜੀ ਇਹ ਤਾਂ ਵੱਡੀ ਗੱਲ ਹੈ ਨਾ ਉੱਥੇ ਕਿਉਂ ਆਈ ਹਾਂ ਹਾਂ ਸਵਾਲ ਇਹ ਪੈਦਾ ਹੁੰਦਾ ਹੂੰ ਹੁਣ ਕੱਲ ਖਬਰਾਂ ਆਗਿਆ ਸੀਗੇ ਜੀ ਕਿ ਕੋਈ ਐਫ ਆਈ ਆਰ ਵਗੈਰਾ ਹੋਊਗੀ ਨਹੀਂ ਹੋਈ ਦੀ ਉਹ ਤਾਂ ਉਹ ਐਫ ਆਈ ਆਰ ਜੀ ਦੇ ਖਿਲਾਫ ਹੋਣ ਵਾਲੀ ਗੱਲ ਕਹੀ ਸੀ ਉਹ ਨਹੀਂ ਹੋਈ ਹੂੰ ਹੂੰ ਔਰ ਇਹ ਮਾਮਲਾ ਜਦੋਂ ਕੱਲ ਆਲ ਪਾਰਟੀ ਮੀਟਿੰਗ ਚੱਲਦੀ ਸੀ ਹੂੰ ਹੂੰ ਆਲ ਪਾਰਟੀ ਮੀਟਿੰਗ ਦੇ ਵਿੱਚ ਇਹ ਮਾਮਲਾ ਮਿਸਟਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਉਠਾਇਆ ਕਿ ਦੇਖੋ ਜੀ ਸਾਡੇ ਬੰਦੇ ਦੇ ਉੱਤੇ ਅਟੈਕ ਹੋ ਰਹੇ ਹਨ ਔਰ ਉਹਦਾ ਨਤੀਜਾ ਹੋਇਆ ਕਿ ਮੁੱਖ ਮੰਤਰੀ ਨੇ ਜੀ ਆਪਣਾ ਜਲਦੀ ਮੀਟਿੰਗ ਦੇ ਵਿੱਚ ਹਮ ਅਫਸਰਾਂ ਨੂੰ ਹਦਾਇਤਾਂ ਦਿੱਤੀਆਂ ਕਿ ਕਾਰਵਾਈ ਕਰ ਦਿਓ ਉਹ ਮੇਰੇ ਖਿਆਲ ਐਫ ਆਈ ਆਰ ਹੋਈ ਹੈ ਪਰ ਜਿਨ੍ਹਾਂ ਦੇ ਨਾਂ ਆ ਰਹੇ ਹਨ ਉਹਨਾਂ ਤੇ ਨਹੀਂ ਉਹਨਾਂ ਤੇ ਨਹੀਂ ਹੋਈ ਅੱਜ ਤਾਂ ਮੇਰੇ ਖਿਆਲ ਸੋਸ਼ਲ ਮੀਡੀਆ ਤੇ ਇਹ ਚਲਾਈ ਸੀ ਕਿ ਰਮਿੰਦਰ ਆਮਲਾ ਤੇ ਉਹਦੇ ਬੇਟੇ ਜਤਨ ਆਮਲਾ ਦੇ ਉੱਤੇ ਕਿਸ ਤਰ੍ਹਾਂ ਜ ਹੋ ਗਈ ਹਮ ਪਰ ਫਿਰਕ ਵਿੱਚੋਂ ਇਹ ਖਬਰਾਂ ਵੀ ਆਉਣੀਆਂ ਸ਼ੁਰੂ ਹੋਈਆਂ ਕਿ ਉਹਨਾਂ ਦੇ ਖਿਲਾਫ ਨਹੀਂ ਹੋਇਆ। ਜੀ ਕੁਝ ਹੋਰਾਂ ਲੋਕਾਂ ਦੇ ਖਿਲਾਫ ਹੋਏ। ਸੋ ਮੇਰੇ ਖਿਆਲ ਮੁਤਾਬਕ ਕਈ ਵਾਰੀ ਇਹ ਹੁੰਦੀ ਹੈ ਕਿ ਲਾਈਮ ਲਾਈਟ ਦੇ ਵਿੱਚ ਆਉਣ ਵਾਸਤੇ ਜੀ ਅਰੋਸ਼ਨੀ ਚ ਆਉਣ ਵਾਸਤੇ ਇਹ ਜਮੀਨ ਖੁੱਸੀ ਹੁੰਦੀ ਹੈ। ਹਮ ਹਮ ਖੁੱਸੀ ਜ਼ਮੀਨ ਨੂੰ ਹਾਸਲ ਕਰਨ ਵਾਸਤੇ ਇਸ ਕਿਸਮ ਦਾ ਪਰਪੰਚ ਕਈ ਵਾਰੀ ਕਰਨਾ ਪੈਂਦਾ ਹੈ। ਪਰ ਉਹ ਛੋਟੇ ਪੱਧਰ ਤੇ ਕਰਵਾ ਲੈਣਾ ਚਾਹੀਦਾ ਹੈ। ਹਮ ਵੱਡੇ ਲੀਡਰ ਨੂੰ ਉਹਦੇ ਵਿੱਚ ਇਨਵੋਲਵ ਨਹੀਂ ਹੋਣਾ ਚਾਹੀਦਾ ਬਿਲਕੁਲ ਨਹੀਂ ਹੋਣਾ ਚਾਹੀਦਾ ਔਰ ਇਹਦੇ ਵਿੱਚ ਤੁਸੀਂ ਦੇਖੋ ਫਿਰ ਕੱਲ ਇਹਦੇ ਤੇ ਪ੍ਰਤੀਕਰਮ ਵੀ ਆਉਣੇ ਸ਼ੁਰੂ ਹੋਏ ਆਕਾਲੀ ਦਲ ਦਾ ਜਿਹੜਾ ਅਧਿਕਾਰਤ ਬਿਆਨ ਆਉਂਦਾ ਹੈ ਅਧਿਕਾਰਤ ਬਿਆਨ ਦੇ ਵਿੱਚ ਇਹ ਸਪਸ਼ਟ ਕਿਹਾ ਗਿਆ ਜੀ ਕਿ ਜੈਡ ਪਲੱਸ ਸਕਿਉਰਿਟੀ ਵਾਲੇ ਬੰਦੇ ਤੇ ਹਮਲਾ ਹੋ ਸਕਦਾ ਉਹਦੀ ਗੱਡੀ ਦੇ ਸ਼ੀਸ਼ੇ ਛੂਛੇ ਭੰਨਣ ਦਾ ਯਤਨ ਕੀਤਾ ਹੈ ਉਹਦੇ ਤੇ ਛੁੱਟੀਆਂ ਵਗੈਰਾ ਮਾਰਗ ਜਾਂ ਜਾਂਦੇ ਤੇ ਇਹ ਮਾੜੀ ਗੱਲ ਹੈ ਮਾੜੀ ਗੱਲ ਬਹੁਤ ਮਾੜੀ ਗੱਲ ਹੈ ਬਿਲਕੁਲ ਜੇ Z+ ਵਾਲੀ ਸਕਿਉਰਿਟੀ ਵਾਲੇ ਕੋਲੇ ਹੁੰਦਾ ਤਾਂ ਲਾਰਜ ਆਰਡਰ ਦੀ ਹੈਲਥ ਕੀ ਹੋਗੀ ਹੂੰ ਹੂੰ ਪਰ ਲਾਰਜ ਆਰਡਰ ਜਿਹੜੀ ਹੈਗੀ ਲਾਰਜ ਆਰਡਰ ਫਿਰ ਤੁਸੀਂ ਪੈਂਪਰ ਵੀ ਕਰਦੇ ਹੋ ਨਾ ਜਾ ਕੇ ਵਿੱਚ ਤੁਹਾਨੂੰ ਵੀ ਪਤਾ ਹੋਣਾ ਚਾਹੀਦਾ ਵੀ ਤੁਹਾਡੀ ਇੰਨੀ ਸਕਿਉਰਿਟੀ ਹੈ ਤੁਸੀਂ ਇੰਨੀ ਭੀੜ ਹਜੂਮ ਦੇ ਵਿੱਚ ਜਾਂਦੇ ਹੋ ਤਾਂ ਉਹਦਾ ਮਤਲਬ ਕਿ ਲੈਣ ਕੀ ਜਾਂਦੇ ਹੋ ਤਾਂ ਤਰੇ ਥੋੜਾ ਕੀ ਤੁਹਾਨੂੰ ਸੁਰੱਖਿਆ ਮਿਲਗੀ ਤੇ ਤੁਸੀਂ ਉੱਥੇ ਪਹੁੰਚ ਜਾਓ ਆਪਦਾ ਵੀ ਤੁਹਾਡਾ ਹੀ ਫਰਜ ਬੰਦ ਇਹਦਾ ਉਹ ਕਹਿੰਦੇ ਹੋ ਨਾ ਦੂਜੀ ਧਿਰ ਜਿਹੜੀ ਕਾਂਗਰਸ ਪਾਰਟੀ ਵਾਲੇ ਇਲਜ਼ਾਮੇ ਲਾਉਂਦੇ ਨੇ ਕਿ ਜਿਹੜੀ ਸਰਕਾਰੀ ਸਕਿਉਰਿਟੀ ਮਿਲੀ ਹੋਈ ਹੈ ਸਰਕਾਰੀ ਸਕਿਉਰਿਟੀ ਦਾ ਦਾਬਾ ਜੀ ਉਹ ਦਾਬਾ ਮਾਰਨ ਵਾਸਤੇ ਉਹਨਾਂ ਨੂੰ ਨਾਲ ਲੈ ਕੇ ਆਏ ਉਹਦਾ ਧਬਕਾ ਹੁੰਦਾ ਇੱਕ ਸਕਿਉਰਿਟੀ ਤੁਹਾਡ ਨੂੰ ਤੁਹਾਡੀ ਪ੍ਰਾਪਰਟੀ ਤੇ ਤੁਹਾਡੀ ਜਿਹੜੀ ਹੈਗੀ ਹੈ ਤੁਹਾਡੇ ਨਿੱਜ ਨੂੰ ਪ੍ਰੋਟੈਕਟ ਕਰਨਾ ਹੈ ਜੀ ਉਹ ਤੁਹਾਡੇ ਮਤਲਬ ਜਿਹੜਾ ਹੈਗਾ ਪੋਲੀਟੀਕਲ ਮਕਸਦ ਵਾਸਤੇ ਨਹੀਂ ਨ ਵਰਤੀ ਜਾਂਦੀ ਹੂੰ ਪਰ ਇਹ ਅੱਜ ਇਹ ਤਾਂ ਮੰਨਿਆ ਗਿਆ ਕਿ ਇਹ ਵੀ ਸਕਿਉਰਿਟੀ ਗਾਰਡਸ ਨੇ ਵੀ ਕੁਝ ਮਤਲ ਜਿਹੜੀ ਹੈ ਥੋੜੀ ਜਿਹੀ ਫੇਰ ਫਾਇਰਿੰਗ ਵਗੈਰਾ ਕੀਤੀ ਹੈ ਜੀ ਚਲੋ ਆਪਣੇ ਪ੍ਰੋਟੈਕਟਰ ਨੂੰ ਬਚਾਉਣਾ ਸੀ ਉਹਨਾਂ ਨੂੰ ਕਰਨਾ ਪੈਂਦਾ ਹੈ ਪਰ ਜੇ ਇਸ ਕਿਸਮ ਦੀ ਛੋਟੀ ਜੀ ਇਲੈਕਸ਼ਨ ਦੇ ਵਿੱਚ ਵੱਡਾ ਬੰਦਾ ਜਾ ਕੇ ਹਮ ਸਕਿਉਰਿਟੀ ਫੋਰਸਸ ਨੂੰ ਵਰਤਦਾ ਤੇ ਇਹਨੂੰ ਵੀ ਅਸੀਂ ਠੀਕ ਨਹੀਂ ਕਵਾਂਗੇ ਬਚਣਾ ਚਾਹੀਦਾ ਐਨਾ ਕਮਾ ਤੋਂ ਲੇਕਿਨ ਮੁੱਖ ਮੰਤਰੀ ਨੂੰ ਵੀ ਇਹ ਚਾਹੀਦਾ ਕਿ ਉਹ ਆਪਣੀਆਂ ਫੌਜਾਂ ਨੂੰ ਕਾਬੂ ਕਰੇ ਹਮ ਇਹ ਨਹੀਂ ਕਿ ਜੇ ਇੱਕ ਧਰ ਨੇ ਪਿਛਲੇ 5 ਸਾਲ ਜਾਂ 10 ਸਾਲ ਪੂਰਾ ਗੰਦ ਪਾਇਆ ਤੇ ਅਸੀਂ ਉਹ ਤੋਂ ਜ਼ਿਆਦਾ ਗੰਦ ਪਾ ਦਿੱਤੀ ਜੀ ਇਹ ਤਾਂ ਪਰਪੇਟੀ ਪੈ ਗਈ। ਪਰਤ ਪੈ ਗਈ ਨਾ ਇਹ ਤਾਂ ਲੋਸਾ ਪਾਈ ਇਹ ਤਾਂ ਕਹਿੰਦੇ ਉਦੋਂ ਬਾਅਦ ਦਾ ਸੀ ਉਦੋਂ ਬਾਅਦ ਦਾ ਸੀ ਕਹਿੰਦੇ ਅਸੀਂ ਪਿਓ ਨੂੰ ਮਾਰਾ ਨਹੀਂ ਚੰਗਾ ਮਾਰਾ ਨਹੀਂ ਘਵਾਣਾਗਾ ਚੰਗਾ ਹੀ ਘਵਾਵਾਂਗੇ। ਫਿਰ ਦਾਨੇ ਵਾਲੀ ਸਭ ਦਾ ਮਤਲਬ ਇਹ ਹੈ ਵੀ ਇਹਦਾ ਸਿੱਧਾ ਜਾ ਰਹਾ ਇਹ ਹੈ ਕਿ ਪੰਚਾਇਤੀ ਚੋਣਾਂ ਬੰਦ ਕਰ ਦੇਣ। ਹਾਂ। ਨਗਰ ਨਿਗਮਾਂ ਦੀਆਂ ਚੋਣਾਂ ਸਾਰੀਆਂ ਬੰਦ ਕਰ ਦੇਣ। ਬੰਦ ਕਰਕੇ ਤੇ ਤੁਸੀਂ ਆਪਦੇ ਬੰਦੇ ਲਾ ਦੇ। ਜਿਹੜੀ ਪਾਰਟੀ ਦੀ ਸਰਕਾਰ ਹੋਵੇ ਉਹ ਨਾਮਿਨੇਟ ਕਰ ਦੇ। ਨਾਮਿਨੇਟ ਹੀ ਕਰ ਦੇ। ਇਹ ਤਾਂ ਫਿਰ ਆਪਦਾ ਮਤਲਬ ਕਾਨੂੰਨ ਹੀ ਬਣਾ ਦੇਣ ਜੇ ਕਾਲੀਆਂ ਦਾ ਰਾਜ ਆ ਗਿਆ ਤਾਂ ਕਾਲੀ ਹੀ ਆਪਦੇ ਬਣਾ ਲੈਣ। ਕਾਂਗਰਸ ਆ ਜਾਗੇ ਤਾਂ ਉਹ ਆਪਦੇ ਬਣਾ ਲੈ ਨਹੀਂ ਫਿਰ ਹੁਣ ਕਾ ਹੋਰ ਪੰਗਾ ਆ ਜੂ ਜੇ ਖੁਦਾ ਨਾ ਖਾਸ ਤਾਂ ਸਰਕਾਰ ਬਦਲ ਗਈ ਸਾਲ ਤਾਂ ਇੱਕ ਰਹਿ ਗਿਆ ਮੁੜ ਕੇ ਕਾਰਪੋਰੇਸ਼ਨ ਨਹੀਂ ਚੱਲਣ ਦੇਣੀ ਉਹਨੂੰ ਫੰਡ ਨਹੀਂ ਦੇਣੇ ਉਹਨੂੰ ਹੋਰ ਨਹੀਂ ਦੇਣਾ ਜਾਂ ਭੰਨ ਦੇਓ ਜਾਂ ਪ੍ਰਧਾਨ ਬਦਲ ਦਿਓ ਇਸੇ ਕੰਮ ਤੇ ਹੀ ਲੱਗੇ ਰੋ ਨਹੀਂ ਨ ਲੋੜ ਹੀ ਨਹੀਂ ਫਿਰ ਤਾਂ ਗੱਲ ਇਹ ਜਿੱਦੇ ਜਿੱਦੇ ਮਤਲਬ ਹੈ ਵੀ ਸਰਕਾਰ ਨਵੀਂ ਪੁਰਾਣੀ ਸਰਕਾਰ ਟੁੱਟ ਗਈ ਸਾਰਾ ਕੁਝ ਨਾਲ ਹੀ ਟੁੱਟ ਜੇ ਹਾਂ ਇਹ ਹੋਣਾ ਚਾਹੀਦਾ ਇਹ ਹੋ ਜੇ ਤਾਂ 5 ਸਾਲਾਂ ਬਾਅਦ ਤੁਸੀਂ ਇਕੱਠੀ ਆਪਦੀ ਨੂੰ ਜੁਕਤੀ ਕਰ ਲਓ ਜੁਕਤੀ ਕਰ ਲਓ ਬਸ ਉਹ ਨਿਯੁਕਤੀ ਕਰ ਲਓ ਜਿਵੇਂ ਮਾਰਕੀਟ ਕਮੇਟੀਆਂ ਦੀਆਂ ਨਿਯੁਕਤੀਆਂ ਹੁੰਦੀਆਂ ਨੇ ਨਾਲੇ ਤਾਂ ਲੋ ਲਗਦਾ ਉਹ ਬਚੇ ਜਦੋਂ ਤੁਸੀਂ ਲੋਕਤੰਤਰ ਦੀ ਕਦਰ ਹੀ ਨਹੀਂ ਕਰਨੀ ਜੀ ਤਾਂ ਫਿਰ ਨੋਮੀਨੇਸ਼ਨ ਵਾਲਾ ਤਰੀਕਾ ਕਰ ਉਹੀ ਅਡਾਪਟ ਕਰ ਲਓ ਹੂੰ ਹੂੰ ਹੁਣ ਵੀ ਤਾਂ ਨੋਮੀਨੇਸ਼ਨ ਵਾਲਾ ਇਹ ਤਾਂ ਫਿਰ ਬਾਦੂ ਜਿਹੜਾ ਪੈਸਾ ਤੇ ਲਾ ਖਰਚ ਕੀਤਾ ਇਹਦੀ ਕੀ ਲੋੜ ਹੈ ਜੀ ਜੀ ਬਿਲਕੁਲ ਜੀ ਤੇ ਪ੍ਰੋਗਰਾਮ ਸ਼ਾਮਾਂ ਦਾ ਬਾਦ ਅਸਤੂਰ ਇਸੇ ਤਰ੍ਹਾਂ ਚੱਲ ਰਿਹਾ ਰਹੇਗਾ ਫਿਲਹਾਲ ਇੱਕ ਬ੍ਰੇਕ ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੋਣੇ ਜੁੜੇ ਰੋ ਰੇਡੀਓ ਪੰਜਾਬ ਟੂਡੇ ਦੇ ਨਾਲ jamal